ਪਿਛਲੇ ਦਿਨੀ ਨਾਭਾ ਦੇ ਪਿੰਡ ਦਲੱਦੀ ਦੇ ਇੱਕ ਸ਼ੈਲਰ ਵਿੱਚੋਂ 5 ਚੋਰਾਂ ਵੱਲੋਂ ਚੌਲ ਚੋਰੀ ਕੀਤੇ ਗਏ ਸਨ, ਜੋ ਕਿ ਇੱਕ ਟਰੱਕ ਦੇ ਵਿੱਚ 114 ਬੋਰੀਆਂ ਚੌਲਾਂ ਦੀਆਂ ਲੱਦ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਦੇ ਖਿਲਾਫ਼ ਸਦਰ ਨਾਭਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਚੋਰ ਪਟਿਆਲਾ ਸ਼ਹਿਰ ਦੇ ਨਜ਼ਦੀਕ ਰਾਜ ਮਾਜਰਾ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 20 ਸਾਲ ਤੱਕ ਦੱਸੀ ਆ ਰਹੀ ਹੈ। ਇਹਨਾਂ 5 ਚੋਰਾਂ ਵਿੱਚੋਂ 3 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹਨਾਂ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਇਹ ਚੋਰ ਸ਼ੈਲਰਾਂ ਵਿੱਚੋਂ ਚੋਰੀ ਕਰਕੇ ਪਿੰਡਾਂ ਦੇ ਵਿੱਚ ਘੱਟ ਰੇਟ 'ਤੇ ਚੌਲਾਂ ਨੂੰ ਵੇਚਦੇ ਸਨ। ਪੁਲਿਸ ਨੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਦਰ ਨਾਭਾ ਦੇ ASI ਚਮਕੌਰ ਸਿੰਘ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ CCTV ਕੈਮਰੇ ਦੇ ਰਾਹੀਂ ਕਾਬੂ ਕੀਤਾ ਗਿਆ। ਇਹ 5 ਜਣੇ ਸਨ, 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 2 ਦੀ ਭਾਲ ਜਾਰੀ ਹੈ, ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਵੀ ਤੱਥ ਸਾਹਮਣੇ ਆ ਸਕਦੇ ਨੇ। 2020 ਨੂੰ ਇੱਕ ਚੋਰੀ ਹੋਈ ਸੀ ਰਾਮ ਐਗਰੋ ਇੰਡਸਟਰੀ ਦਲੱਦੀ। ਉੱਥੋਂ ਬਾਅਦ ਫਿਰ ਅਸੀਂ ਇਹਦੇ FIR ਲੌਜ ਕੀਤੀ ਉਹਨਾਂ ਦੇ ਬਿਆਨ 'ਤੇ। ਉਸ ਤੋਂ ਬਾਅਦ ਫਿਰ ਇਹਨਾਂ ਨੇ CCTV ਕੈਮਰਿਆਂ ਦੀ ਫੋਟੋਜ ਲਈ ਕਈ ਜਗ੍ਹਾ ਤੋਂ ਇਹਨਾਂ ਦੀ ਗੱਡੀ ਟਰੇਸ ਕਰਕੇ ਸਾਨੂੰ ਫਿਰ ਇਹਨਾਂ ਦੀ ਇਤਲਾਹ ਮਿਲੀ ਵੀ ਇਹ ਬੰਦੇ ਪਟਿਆਲੇ ਦੇ ਰਹਿਣ ਵਾਲੇ ਨੇ, ਫਲਾਣੀ ਜਗ੍ਹਾ 'ਤੇ ਬੈਠੇ ਨੇ, ਰੇਡ ਕੀਤੀ ਅਤੇ ਉੱਥੋਂ ਇਹ ਬੰਦੇ 3 ਬੰਦੇ ਗ੍ਰਿਫਤਾਰ ਹੋ ਗਏ। 2 ਅਜੇ ਰਹਿੰਦੇ ਨੇ, 5 ਬੰਦੇ ਸੀ ਟੋਟਲ। ਅਤੇ ਇਹਨਾਂ ਦਾ ਮੇਨ ਮਤਲਬ ਚੋਰੀ, ਪਹਿਲਾਂ ਇਹਨਾਂ ਦੀ ਛੋਟੀ ਮੋਟੀਆਂ ਚੋਰੀਆਂ ਕਰਦੇ ਸੀਗੇ ਅਤੇ ਇੱਧਰੋਂ ਇਹ ਰਾਤ ਨੂੰ ਆਏ ਅਤੇ ਇੱਥੋਂ ਚੋਰੀ ਕਰਕੇ ਲੈ ਗਏ ਸੀ। 2 ਬੰਦੇ ਜੇ ਬਾਕੀ ਨੇ ਜੀ ਗ੍ਰਿਫਤਾਰੀ ਕਰਨ। ਇਹ 114 ਕੱਟੇ ਚੋਰੀ ਹੋਈ ਸੀਗੀ ਜੀ। ਅਤੇ ਇਹ ਹੈਗੇ ਸੀ ਜੀ, ਆਪਣੇ ਟਾਟਾ ਟਰੱਕ ਸੀਗਾ ਜੀ, ਅਤੇ ਟਰੱਕ ਦੇ ਵਿੱਚ ਇਹ ਲੋਡ ਕਰਕੇ ਲੈ ਕੇ ਗਏ ਸੀ। ਨਹੀਂ ਜੀ, ਇਹਨਾਂ ਨੇ ਕੰਧ ਦੇ ਨਾਲ ਟਰੱਕ ਲਾ ਕੇ ਅਤੇ ਉੱਥੋਂ ਪਿੱਛੋਂ ਮਤਲਬ ਫੜਾਈ ਗਏ, ਅੱਗੇ ਟਰੱਕ 'ਚ ਲੋਡ ਕਰੀ ਗਏ ਸੀ। ਮੁਕੱਦਮਾ ਨੰਬਰ 28 ਹੈ ਜੀ, ਅਤੇ 8/2/2020 ਨੂੰ ਦਰਜ ਕੀਤਾ ਸੀ। 2 ਦਿਨ ਦਾ ਰਿਮਾਂਡ ਹੈ ਜੀ ਇਹਨਾਂ ਦਾ ਅੱਜ। ਹਾਂਜੀ, ਇਹ ਤਾਂ ਹੁਣ ਦੌਰਾਨੇ ਤਫਤੀਸ਼ ਪਤਾ ਲੱਗੂਗਾ ਜੀ, ਜੋ ਕੁਛ ਹੋਊਗਾ। ਆਵਾਜ਼ ਏਕਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।